ਤਾਂ ਜਨਾਬ ਆਈ ਆ ਸੜਾ ਕੇ ਖੂਬ ਸੋਚਣੇ ਆ ਬਾਈ ਲਾਂ ਤੇ ਲਾਂ ਕੇ ਸਾਈਡ। ਅਸਲਾਮ ਵਾਲੇਕੁਮ ਜੀ, ਉਮੀਦ ਕਰਨਾ ਸੋ ਸਾਰੇ ਵੱਲੋਂ ਸੋ ਮੇਰ ਫਾਨ ਜ਼ਫਰ ਸੋ ਤਕਰੀਓ ਕਸ਼ਮੀਰ ਟੀਵੀ। ਮੌਸਮ ਤੱਕਣੇ ਉਸ ਬੈਕਗ੍ਰਾਉਂਡ ਜਿਸ ਦਾ ਨਾਮ ਬੱਦਲ ਝੱਖੜ ਬਾਰਿਸ਼ ਜਨਾਬੇ ਵਾਲਾ ਬਹੁਤ ਹੀ ਖੂਬਸੂਰਤ ਔਰ ਮਾੜਾ ਮੋਸਟ ਆਫ ਫੇਵਰੇਟ ਜਿਹੜਾ ਵੈਦਰ ਹੈ ਨਾ ਉਹ ਹੀ ਹੈ ਬਾਰਿਸ਼ ਤੇ ਕਾਫੀ ਜ਼ਿਆਦਾ ਬੰਦਿਆਂ ਨੇ ਫੇਵਰੇਟ ਮੌਸਮ ਹੈ, ਖਾਲੀ ਇੱਕ ਲਾਮਾ ਹੜਿਆ ਨੀ। ਤੇ ਜਨਾਬ ਅੱਜ ਇਸ ਮੌਸਮ ਕੀ ਤੱਕੀ ਕਹਿਣਾ ਮੈਂ ਇਹ ਸੋਚਿਆ ਵਾ ਕਿ ਖੂਬਸੂਰਤ ਜਿਹਾ ਨਾ ਬਾਰਿਸ਼ਾਂ ਦੇ ਵਿੱਚ ਵਲੌਗ ਬਣਾਉਣੇ ਆ ਔਰ ਜਨਾਬ ਕੋਈ ਖੂਬਸੂਰਤ ਜੀ ਜਗ੍ਹਾ ਚੁਲੀ ਕੇ ਤੇ ਕੋਈ ਸਪੈਸ਼ਲ ਜੀ ਕਿਸਮ ਦੀ ਕੁਕਿੰਗ ਕਰਨੇ ਆ ਤੇ ਅੱਛੋ ਤੇ ਤੁਸਾਂ ਕੀ ਦੱਸਣੇ ਆ ਕਿ ਅੱਜ ਨਾ ਖੂਬਸੂਰਤ ਵਲੌਗ ਕਿਹੜਾ ਉਹ ਸੀ। ਇੱਧਰ ਤੋਂ ਇਸ ਲਈ ਤੱਕੀ ਸਕਣੇ ਹੋ ਕਿ ਕਾਲੇ ਸ਼ਾਹ ਝਾੜ ਔਰ ਕਿਤਨੀ ਜ਼ਿਆਦਾ ਬਾਰਿਸ਼ ਹੈ ਤੇ ਇਹ ਸਾਡੇ ਘਰ ਇੱਥੋਂ ਫਰੰਟ ਵਿਊ ਹੈ ਜਨਾਬ ਸਾਡੇ ਕੋਠੇ ਨੇ ਅਪਰੂ ਤੇ ਮਾੜਾ ਵੀ ਦਿਲਾ ਬੁੰਦ ਜੁਲਾਂ ਕੁਛ ਖੂਬਸੂਰਤ ਜੇ ਕੋਨੇਦਾਰ ਤੇ ਜੁਲੀ ਕਿਆ ਤੁਸਾਂ ਕੀ ਜਨਾਬ ਵਾਲਾ ਨਾ ਖੂਬਸੂਰਤ ਨਜ਼ਾਰਾ ਕਰਾਂ ਔਰ ਕੋਈ ਸਪੈਸ਼ਲ ਜੀ ਜਾ ਜੁਲੀ ਕੁਕਿੰਗ ਕਰਾਂ। ਇਸ ਲਈ ਜਨਾਬ ਸ਼ਦੀਦ ਟੈਪ ਨੀ ਬਾਰਿਸ਼ ਲੱਗੀ ਆ ਇਹ ਕੋਣੀਆਂ ਨੇ ਸ਼ਦੀਦ ਉਸ ਟੈਪ ਨੀ ਬਾਰਿਸ਼ ਲੱਗੀ ਵੀ ਹੈ ਪਾੜੂ ਕੀ ਸ਼ਹਿਜ਼ਾਦੀ ਕੀ ਕੱਢਣੇ ਆ ਤੇ ਜੁਲਨੇ ਆ ਜਨਾਬ। ਬੜਾ ਹੀ ਮਜ਼ੇਦਾਰ ਮੌਸਮ ਹੈ ਜਨਾਬ, ਇਹ ਕਿਹੜਾ ਸਰਦੀਆਂ ਨੀ ਬਾਰਿਸ਼ ਹੈ, ਗਰਮੀਆਂ ਨੀ ਬਾਰਿਸ਼ ਹੈ, ਪੁਰਸਕੂਨ ਬਾਰਿਸ਼ ਹੈ। ਬਹੁਤ ਹੀ ਪਿਆਰੀ ਔਰ ਖੂਬਸੂਰਤ ਬਾਰਿਸ਼ ਤੱਕ ਉਹ ਲੱਗੀ ਪਈ ਹੈ। ਇਤਨਾ ਖੂਬਸੂਰਤ ਮੌਸਮ ਔਰ ਯਕੀਨ ਕਰੋ ਕਿ ਇਤਨਾ ਪਿਆਰਾ ਵਿਊ ਸ਼ਾਇਦ ਹੀ ਜ਼ਿੰਦਗੀ 'ਚ ਘੱਟ ਘੱਟ ਹੀ ਮੌਕੇ ਹੋਣੇ ਜਿਹੜਾ ਲੱਭਣਾ ਵੈ। ਇਸ ਲਈ ਹਰ ਸਾਈਡ ਪਾਣੀ ਤਾਂ ਬਾਰਿਸ਼ ਹੀ ਬਾਰਿਸ਼ ਬਸ। ਇਹਦਾ ਬਗੜੂ ਸਾਹਿਬ ਨਾਲ ਡੇਰਾ ਵੈ, ਨਜ਼ਰ ਮਾਰੋ ਹਾਂ ਵੱਡਾ ਤਾਂ ਕੋਣੀ ਲੇਕਿਨ ਡੇਰਾ ਇੱਥੇ ਹੀ ਹੈ। ਚੁਲਨੇ ਆ ਜਨਾਬ, ਦੋ ਮਿੰਟ ਬਗੜੂ ਸਾਹਿਬ ਨਾਲ ਸਲਾਮ ਦੁਆ ਕਰਾਉਣੇ ਆ। ਅਸਲਾਮ ਵਾਲੇਕੁਮ ਜੀ, ਇਹ ਬਗੜੂ ਸਾਹਿਬ ਸੁੱਤੇ ਵੇ ਹੋ? ਓਏ ਹੋਏ 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 ਹੋਏ, ਸਰਦੀ ਲੱਗੀ ਕੀ ਹੈ? ਓਏ ਹੋਏ 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 ਹੋਏ, ਇੱਧਰ ਬਾਲਣ ਆਈ ਰਿਹਾ ਤੱਕਣੇ ਉਸ ਅਕਤੂਬਰ ਤੱਤੇ ਆ ਇਹ ਬਗੜੂ ਸਾਹਿਬ ਨੇ ਡੇਰੇ ਪਰ ਆਈ ਰਿਹਾ ਵਾ ਬਾਲਣ ਸਾਰਾ। ਜਨਾਬ ਬਗੜੂ ਸਾਹਿਬ ਮਾਰ ਨਾ ਲਿਆ ਤਾਂ ਬਹਿ ਗਏ, ਸੁਣਾਓ ਬਗੜੂ ਸਾਹਿਬ ਸਿਹਤ ਠੀਕ ਹੈ ਨਾ? ਅਸਾਂ ਦੋਏ ਜਾ ਰਹੇ ਹਾਂ ਜਿੱਥੇ ਕੈਂਪ ਲਾਉਣਾ, ਕੈਂਪ ਕੀ ਆ ਕਿ ਝੱਖੜ ਜੇ ਅੱਧਾ ਵੈ ਤੇ ਬਾਰਿਸ਼ ਵੀ ਆ ਤੇ ਮੈਂ ਕਿਹਾ ਇਹਨਾਂ ਕੀ ਵਾ ਕੈਂਪ ਮੀ ਖਾਲੀ ਲਵਾਈ ਆ ਝੋਪਾ। ਨਜ਼ਰ ਮਾਰੋ ਹਾਂ ਕਿਤਨੀ ਖੂਬਸੂਰਤ ਜਗ੍ਹਾ ਜਿੱਥੇ ਮੈਂ ਆਇਆ ਵਾ ਅੱਜ ਕੈਂਪਿੰਗ ਕਰਨ ਵਾਸਤੇ, ਗ੍ਰੀਨਰੀ ਵੀ ਫੁੱਲ ਤੱਕੋ ਹਾਂ ਇੱਥੇ ਅੱਜ ਮਾੜਾ ਦਿਲ ਹੈ ਜਨਾਬ ਵਾਲਾ ਕਰਨੇ ਨਾ ਕੁਕਿੰਗ। ਵਿਊ ਕੀ ਨਜ਼ਰ ਮਾਰੋ ਇਸ ਲਈ ਹਰ ਸਾਲ ਕਿਤਨਾ ਖੂਬਸੂਰਤ ਵਿਊ ਹੈ ਜਨਾਬ। ਜਨਾਬ ਅਸਾਂ ਇੱਥੇ ਲਾਣ ਲਿਆ ਕੈਂਪ ਆਪਣਾ, ਫਿਲਹਾਲ ਬਾਰਿਸ਼ ਜਿਹੜੀ ਹੈ ਹੁਣ ਉਸ ਸਾਈਡੋਂ ਆਈ ਆ, ਕਿਆ ਇਸ ਸਾਈਡੋਂ ਬਾਰਿਸ਼ ਆਈ ਸੀ ਮੀਰਪੁਰ ਵਾਲੀ ਸਾਈਡੋਂ ਤੇ ਹੁਣ ਜਿਹੜਾ ਨਾ ਬਾਰਿਸ਼ ਇਸ ਸਾਈਡੋਂ ਆਈ ਗਈ ਬੱਖੀ ਤੱਕਣੇ ਉਸ ਕਾਲੀ ਸ਼ਾਹ ਹੋਈ ਗਈ ਹੈ ਜਨਾਬ। ਤੇ ਅੱਲਾ ਕਰਨ ਅਸੀਂ ਕੈਂਪ ਲਾਣੇ ਨੂੰ ਮੌਕਾ ਲੱਗੀ ਤੇ ਫਿਰ ਭਾਵੇਂ ਜਿੱਥੇ ਮਿਲਸੀ ਹੈ ਬਾਰਿਸ਼ ਹੋਵੇ ਫਿਰ ਕੋਈ ਪ੍ਰੋਬਲਮ। ਇਹਦਾ ਜਨਾਬ ਆਈ ਗਿਆ ਸਾਡਾ ਕੈਂਪ, ਹੁਣ ਸੋਚਣੇ ਆ ਬਈ ਲਾਂ ਤੇ ਲਾਂ ਕੇ ਸਾਈਡ ਜਿੱਥੇ ਵਿਊ ਵੀ ਚੰਗਾ ਆਵੇ ਸਾਡੇ ਵਿਊ ਵਰਸ ਕੀ ਮਜ਼ਾ ਅੱਛਾ ਆਈ ਗਿਆ।
ਸਾਡੇ ਸਭ ਤੋਂ ਬੜੀ ਮੌਜ ਇਹ ਹੈ ਕਿ ਜਿੱਧਰ ਵੀ ਮੂੰਹ ਕਰ ਰਿਹਾ ਜਨਾਬ, ਅੱਲਾ ਨੇ ਕੁਦਰਤ ਦੀ ਕੁਦਰਤ ਨਜ਼ਰ ਅਛਣੀ ਹੈ, ਵਿਊ ਹੀ ਵਿਊ, ਚਾਹੇ ਉਹ ਵਾਰ ਹੈ ਚਾਹੇ ਬਾੜੀਆਂ ਹੋਣ ਸਾੜੀਆਂ। ਫਜ਼ਲੋ ਕਰਮ ਨੇ ਨਾਲ ਕੈਂਪ ਤੱਕਣੇ ਉਸ ਲੱਗੀ ਕਿਆ ਵੈ, ਪਿੱਛੇ ਭੱਡਾਂ ਵੀ ਆਈ ਗਈਆਂ ਸਿੱਧੀਆਂ, ਇੱਧਰ ਬਹੁਤ ਹੀ ਖੂਬਸੂਰਤ ਇਸਲਾ ਮੰਜ਼ਰ ਹੈ, ਅਗਰ ਸੋ ਤੱਕ ਹੋਈ ਸਾਈਡ ਨਾ ਵਿਊ ਤੇ ਕਿਆ ਹੀ ਬਾਤ ਹੈ ਜਨਾਬ, ਟਾਈਮ ਉੱਪਰ ਵਾਹ ਜੀ ਵਾਹ, ਜਿੱਧਰ ਵੀ ਇਸਲਾ ਕੈਮਰਾ ਲੱਗ ਸੀ ਨਾ ਤੇ ਇੱਕ ਬਹੁਤ ਹੀ ਯੂਨੀਕ ਵਿਊ ਨਜ਼ਰ ਆਈ ਰਿਹਾ ਜਨਾਬ ਬਾਦਸ਼ਾਹ ਨਾਲ, ਔਰ ਇਹ ਜਿਹਾ ਵਿਊ ਕਦੇ ਕਦੇ ਨਜ਼ਰ ਅੱਛਣਾ ਵੈ, ਸਾਡਾ ਕੁੱਤਾ ਵੀ ਨਾਲ ਆਈ ਕਿਆ ਵੈ, ਪਰ ਹੁਣ ਇਸਲਾ ਕਿਆ ਕਰਾਂ, ਇੱਥੇ ਮੈਂ ਹੁਣ ਚੀਜ਼ ਅੱਛਣਾ ਵੈ, ਜ਼ਿੰਦਗੀ ਨੀ ਬਣਾਏ ਕਦੇ, ਲੇਕਿਨ ਅੱਜ ਤੁਸੀਂ ਸੁਣਾਈ ਕਿਆ ਦੱਸਾਂ ਜਨਾਬ, ਸਾਡੇ ਇੱਕ ਵਿਊਵਰ ਸਨ, ਉਹਨਾਂ ਕਮੈਂਟ ਵੀ ਕੀਤੀ ਸੀ ਕਿ ਬਾਦਸ਼ਾਹ ਤੁਸੀਂ ਹੋਰ ਚੀਜ਼ਾਂ ਤੇ ਬਣਾਉਣੇ ਲੱਗੇ, ਇੱਕ ਵਾਰ ਪਕੌੜੇ ਬਣਾਈ ਕੇ ਦੱਸੋ, ਔਰ ਪਕੌੜਿਆਂ ਨਾਲ ਜਨਾਬ ਕਸ਼ਮੀਰੀ ਚਾਹ, ਤੇ ਥੋੜੀ ਦੇਰ ਬਾਅਦ ਬਾਰਿਸ਼ ਵੀ ਬਰਸੀ ਤੇ ਫਿਰ ਖਾਸਾ ਪਕੌੜੇ ਨਾਲ ਤੁਸੀਂ ਵੀ ਇੰਜੋਏ ਕਰਿਆ, ਔਰ ਇਹ ਵੀ ਤੁਸੀਂ ਅੱਜ ਦੱਸਣਾ ਕਿ ਕਿਆ ਮੈਂ ਪਕੌੜੇ ਬਣਾਉਣੇ ਨੇ ਕਾਬਲ ਵੀ ਹੈ ਜਾਂ ਮਾੜੇ ਬਣਾਏ ਪਕੌੜੇ ਕੀ ਆ ਜੇ। ਚਲੋ ਜਨਾਬ ਆਪਣਾ ਖੋਲਦੇ ਹਾਂ, ਝੱਖੜ ਬਹੁਤ ਜ਼ਿਆਦਾ ਹੈ ਲੇਕਿਨ ਆਪਣਾ ਸਾ ਸਾਰਾ ਜਿਹੜਾ ਸੱਟਾ ਪੈਣਾ ਇਹ ਲਾਣੇ ਆ, ਅੱਲਾ ਖੈਰ ਕਰੇ। ਮਾਸ਼ਾਅੱਲਾ ਇਹ ਤੱਕੋ ਹਾਂ ਜਨਾਬ, ਇਤਨਾ ਖੂਬਸੂਰਤ ਨਜ਼ਾਰਾ ਤੁਸੀਂ ਕਾਟੀ ਤੱਕ ਆਓ ਸੀ, ਜਿਹੜਾ ਇਸ ਲੈ ਵੈ ਚੱਲਣ ਲੱਗੇ ਆ ਮਾਸ਼ਾਅੱਲਾ ਜੀ। ਅੱਜ ਕੁਕਿੰਗ ਨੇ ਸਾਰਾ ਸਮਾਨ ਮੈਂ ਨਿਕਾਲਿਆ, ਪਕੌੜਿਆਂ ਦੀ ਰੈਸਿਪੀ ਤੱਕੋ ਹਾਂ ਟਾਈਮ ਨੇ ਤੰਦਾ, ਔਰ ਇਸ ਖੂਬਸੂਰਤ ਮੰਜ਼ਰ ਹੀ ਹੈ ਜਾਂ ਮੰਜ਼ਰ ਪੂਰੀ ਦੁਨੀਆ ਲੋਕ ਖਾਲੀ ਇਮੈਜਿਨ ਕਰਨੇ, ਲੇਕਿਨ ਬਿਲੀਵ ਮੀ ਕਿ ਇਹ ਮੰਜ਼ਰ ਨਹੀਂ ਲੱਭਣਾ। ਜਿਹੜੀ ਬਾਰਿਸ਼ ਆ ਰਹੀ ਹੈ ਨਾ ਇਹ ਸਾਹਮਣੇ, ਤੂੰ ਉੱਤਰ ਕੈਮਰਾ ਮੈਨ ਇੱਕ ਵਾਰ ਮਾਰੀ ਕੇ ਦੱਸੋ ਜਨਾਬੇ ਵਾਲਾ, ਸਾਡਾ ਸਾਰਾ ਤੱਕਣੇ ਉਸ ਸੈਟਅਪ ਜਿਹੜਾ ਨਾ ਕੁਇਕਲੀ ਜਨਾਬ ਸਾਰਾ ਕੋਈ ਰੈਡੀ ਹੈ, ਸਾਡਾ ਚੁੱਲ੍ਹਾ ਬਹੁਤ ਹੀ ਖੂਬਸੂਰਤ ਚੁੱਲ੍ਹਾ, ਇਹ ਤਾਂ ਸਾਡਾ ਲੱਗੀ ਗਿਆ ਗੈਸ ਨਾਲ, ਇਹ ਤਾਂ ਕਹੋ ਬਿਹਤਰੀਨ ਮਾਹੌਲ ਹੋਈ ਗਿਆ ਵੈ, ਹੁਣ ਅੰਦਰ ਪਈ ਗਿਆ ਜਨਾਬ ਅੱਜ ਪਕਸਣ ਪਕੌੜੇ ਇਸ ਖੂਬਸੂਰਤ ਮੌਸਮ ਨਾਲ, ਬਾਰਿਸ਼ ਬਰਸੀ, ਬਾਰਿਸ਼ ਤੱਕਣੇ ਉਸ ਸਿਲਸਿਲਾ ਸ਼ੁਰੂ ਹੋ ਗਈ ਹੈ ਜਨਾਬ, ਕਿਆ ਹੀ ਖੂਬਸੂਰਤ ਮੰਜ਼ਰ ਹੈ, ਅੰਦਰ ਪਕੌੜੇ ਪੱਕੀ ਰਹੇ ਨੇ ਔਰ ਬਾਹਰ ਬਾਰਿਸ਼, ਇਸਲਾ ਜਨਾਬ ਤੱਕੋ ਹਾਂ ਕੈਸਾ ਖੂਬਸੂਰਤ ਮਾਹੌਲ ਹੈ, ਬਾਰਿਸ਼ਾਂ ਨੇ ਕੈਂਪਾਂ ਨੇ ਅੰਦਰੋਂ ਵਿਊ ਨਜ਼ਰ ਮਾਰੋ ਹਾਂ, ਕਿਆ ਆਈ ਮੈਂ ਅੱਜ ਇਸਲਾ ਰੋਣਾ ਪਾਲਕ, ਇੱਧਰ ਜਨਾਬ ਵਾਲਾ ਸਾਰੇ ਮਸਾਲੇ ਨਾਲ ਇਰਫਾਨ ਜ਼ਫਰ ਪਕੌੜੇ ਬਣਾਉਣੇ ਲਾ, ਓਏ 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 ਓਏ, ਇਹ ਜਿਹਾ ਮੌਸਮ ਆਵੇ ਤਾਂ ਮਿਕੀ ਤਾਂ ਯਕੀਨ ਕਰੋ ਆਰਾਮ ਲੱਗਣਾ ਹੀ ਨਹੀਂ ਨਾ ਘਰ, ਆਲੂ ਕੀ ਬੜੇ ਪਿਆਰ ਨੇ ਨਾਲ ਮੈਂ ਛਿੱਲਣ ਲੱਗਿਆ ਜਨਾਬ, ਨਾਲ ਮੌਸਮ ਕੀ ਤੁਸੀਂ ਵੀ ਇੰਜੋਏ ਕਰਨੇ ਆ ਉਸੋ, ਆਏ ਪਕੌੜੇ ਤੇ ਕਸ਼ਮੀਰੀ ਚਾਹ ਨਾ ਮੈਂ ਇੱਕ ਆਪਣੇ ਮਜ਼ਾ ਉਸ ਦੁਨੀਆਂ ਨੇ ਕਿਸੇ ਕੋਨੇ ਪਰ ਇਹ ਸਕੂਨ ਨਹੀਂ ਲੱਭੀ ਸਕਣਾ ਜਿਹੜਾ ਇੱਥੇ ਹੈ। ਔਰ ਭੱਡਾਂ ਦੇ ਨਾਲ ਅਸਲ ਰੌਣਕ ਜਿਹੜੀ ਹੈ ਨਾ ਇਹਨਾਂ ਭੱਡਾਂ ਦੇ ਨਾਲ ਹੈ ਜਨਾਬ, ਜਿਹੜਾ ਇਸਲੇ ਕੈਂਪਾਂ ਦੇ ਵਿੱਚੋਂ ਇਹਨਾਂ ਦਾ ਮੰਜ਼ਰ ਹੈ ਨਾ, ਹਾਏ 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 ਹਾਏ,
ਜਵਾਨੀ ਬਾਰਿਸ਼ ਜਨਾਬ ਇਸਲਾ ਤੱਕੋ ਹਾਂ ਕੋਈ ਸ਼ੱਕ ਤਾਂ ਨਹੀਂ ਰਿਹਾ ਬਾਰਿਸ਼ਾਂ ਦੇ ਵਿੱਚ ਕੁੱਤਾ ਸਾਡਾ ਜਗ੍ਹਾ ਲੋੜਨਾ ਉਹ ਪੜੀ ਗਿਆ ਗੱਡੀ ਥੱਲੇ ਜਿਹੜਾ ਅੱਜ ਮੈਂ ਮੰਜ਼ਰ ਲੋੜਨਾ ਸਾ ਨਾ ਉਹ ਹੀ ਤੱਕੋ ਮਾਸ਼ਾਅੱਲਾ ਹਾਏ 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 ਬਾਰਿਸ਼ਾਂ ਛੋੜਿਆ ਤਾਂ ਮਾੜਾ ਕੱਖ ਨਹੀਂ ਆਹਨ ਕੁਛ ਛੋੜਿਆ ਸੀ ਇਹ ਪਕੌੜੇ ਮੇਕੀ ਬਹੁਤ ਜ਼ਿਆਦਾ ਜਨਾਬ ਮਹਿੰਗੇ ਪਏ ਨੇ ਕੁਛ ਸਸਤੇ ਨਹੀਂ ਪਏ ਅੱਜ ਉਹ ਇਤਨੀ ਬਾਰਿਸ਼ ਖਾਧੀ ਹੈ ਸਾਰਾ ਸਿੱਝੀ ਗਿਆ ਕੈਂਪ ਵੀ ਇੱਕ ਦੋ ਵਾਰ ਪੱਟਣ ਗਿਆ ਖੈਰ ਉਹ ਮੂਮੈਂਟ ਰਿਕਾਰਡ ਨਹੀਂ ਹੋਈ ਸਕੀ ਮਾਜ਼ਰਤ ਨੇ ਨਾਲ ਬਹਰਹਾਲ ਇਹ ਹੁਣ ਆਇਆ ਤਾਂ ਗਿਆ ਗੈਸ ਫੁੱਲ ਆਨ ਹੋਈ ਤਾਂ ਕੜਾਹੀ ਰੱਖੀ ਹੈ ਛੋੜੀ ਅੱਪਰ ਰੱਖੀ ਪਕੌੜੇ ਤੱਕਣੇ ਉਸ ਇੱਧਰ ਜਨਾਬ ਵਾਲਾ ਪਾਲਕ ਬੇਸਨ ਇਹ ਪਿਆਜ਼ ਸਾਰਾ ਕੋਈ ਮਿਕਸ ਮੁਕਸ ਕਰੀ ਕਹਿਣਾ ਤਾਂ ਕੁਛ ਤਾਂ ਸੱਟਿਆ ਆਵੇ ਹੁਣ ਇਸ ਅੰਦਰ ਜਨਾਬ ਵਾਲਾ ਹੈ ਤਾਂ ਕੋ ਹਾਂ ਤੇਲ ਸੱਟਣੇ ਆ ਇੱਕ ਵਾਰ ਫਿਰ ਬਾਰਿਸ਼ ਆਈ ਗਈ ਫਿਕਰ ਨਾ ਕਰੋ ਜੇ ਚਾਹੀਆਂ ਸਾਡੇ ਪਕੌੜੇ ਪੱਕਣੇ ਨਾ ਇਹ ਚਾਹੀਆਂ ਬਾਰਿਸ਼ ਇੱਕ ਵਾਰ ਫਿਰ ਇਨਸ਼ਾਅੱਲਾ ਅੱਜ ਸੀ ਪਰ ਅੱਜ ਆ ਵਲੌਗ ਘੱਟ ਹੀ ਬਣਤਾ ਉਸੀ ਕੁਦਰੇ ਜਿਤਨਾ ਖੂਬਸੂਰਤ ਅੱਜ ਬਣਨਾ ਪਿਆ ਬਸ ਹੁਣ ਤੇਲ ਥੋੜ੍ਹਾ ਤਪਿਆ ਨਾ ਫਿਰ ਕਰਨੇ ਆ ਚੈੱਕ ਹਾਲੇ ਨਹੀਂ ਤਾਂ ਜੀ ਹੁਣ ਤੇਲ ਜਿਹੜਾ ਨਾ ਇਹ ਤਿੜ ਤਿੜ ਕਰਨਾ ਐ ਤਾਂ ਕਹੋ ਹਾਂ ਜਨਾਬ ਐ ਜਾਈ ਰਿਹਾ ਪਹਿਲਾ ਪਕੌੜਾ ਅੱਲਾ ਕੀ ਯਾਦ ਕਰੀ ਜੀ ਐਨ ਉਹ ਜਨਾਬ ਇਸ ਖੂਬਸੂਰਤ ਮੰਜ਼ਰ ਵਿੱਚ ਪਕੌੜੇ ਹੀ ਪਕੌੜੇ ਇਹਦਾ ਜਨਾਬ ਪਕੌੜੇ ਤੱਕ ਉਹ ਕਿਸਾ ਤਿੜ ਤਿੜ ਤੇ ਕਰਨ ਲੱਗੇ ਨੇ ਇਹਨਾਂ ਪਕੌੜਿਆਂ ਨੇ ਨਾਲ ਹੀ ਜਿਹੜੀ ਇਧਰੋਂ ਇਸ ਲੈ ਬਾਰਿਸ਼ ਆਈ ਰਹੀ ਹੈ ਇਸ ਦਰ ਵਿੱਚ ਤੁਸੀਂ ਇਮੈਜਿਨ ਕਰ ਸਕਦੇ ਹੋ ਜਿਹੜੀ ਸਾਹਮਣੇ ਮੀਰਪੁਰ ਦਾਰੂ ਆਈ ਰਹੀ ਹੈ ਮੀਰਪੁਰ ਸ਼ਹਿਰ ਹੈ ਦਾਰੂ ਔਰ ਇਹ ਅੱਗੇ ਪਿੱਛੇ ਕਿਤਨੀ ਜ਼ਿਆਦਾ ਬਾਰਿਸ਼ ਆਈ ਰਹੀ ਹੈ ਇੱਧਰ ਸਾਡੇ ਪਕੌੜੇ ਹੋਏ 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 ਇੱਧਰ ਸਾਡਾ ਕੁੱਤਾ ਵੀ ਬਾਰਿਸ਼ਾਂ ਦੇ ਵਿੱਚ ਹੀ ਸੁੱਤੇ ਆ ਮੈਂ ਅੱਜ ਹੁਣ ਮੈਂ ਦਸਤੀ ਨਾਲ ਭਰੀ ਕੇ ਬਾਇਆ ਵਾ ਜਨਾਬ ਵਾਲਾ ਪੋਰਟ ਪੂਰਾ ਜਿਹੜਾ ਮੈਂ ਆਉਣਾ ਦਸਤੀ ਦਸਤੀ ਤੂਫਾਨੀ ਬਾਰਿਸ਼ਾਂ ਤੋਂ ਪਹਿਲੇ ਪਹਿਲੇ ਲਿਕੜੀ ਜਾਂ ਇਸ ਤੋਂ ਪਹਿਲੇ ਕਿ ਮਾੜਾ ਕੈਂਪ ਬਾਰਿਸ਼ ਹੈ ਪੱਟਣ ਜਾਏ ਥੈ ਤਾਂ ਕਹੋ ਹਾਂ ਜਨਾਬ ਸਾਡਾ ਗੈਸ ਵੀ ਕੈਸਾ ਜ਼ਬਰਦਸਤ ਚੀਜ਼ ਹੈ ਮਾਸ਼ਾਅੱਲਾ ਨਾਲ ਇਸ ਨੇ ਬੜੇ ਫਾਇਦੇ ਨੇ ਮੁਕੰਮਲ ਤੱਕਣੇ ਉਹ ਸੋਨਾ ਬੰਦ ਕਰਨਾ ਪਿਆ ਜੇ ਬਾਹਰ ਬਹੁਤ ਸਖਤ ਕਿਸਮ ਦੀ ਬਾਰਿਸ਼ ਲੱਗੀ ਹੋਈ ਹੈ ਇਸਲੇ ਨਜ਼ਰ ਮਾਰੋ ਹਾਂ ਬਾਹਰ ਬਾਰਿਸ਼ ਹੈ ਬਹੁਤ ਸਖਤ ਤਾਂ ਇੱਧਰ ਅੰਦਰ ਆਇਆ ਤਾਂ ਪਕੌੜੇ ਜਨਾਬ ਵਾਲਾ ਪੱਕਣੇ ਤਾਂ ਕਹੋ ਹਾਂ ਜਨਾਬ ਉਧਰੋਂ ਬਾਰਿਸ਼ ਲੱਗੀ ਵੀ ਹੈ ਇਧਰੋਂ ਜਨਾਬ ਵਾਲਾ ਪਕੌੜੇ ਵੀ ਤਿਆਰ ਹੋਈ ਗਏ ਕੁੱਤਾ ਨੱਸੀ ਗਿਆ ਸਾਡਾ ਉਹ ਜਾਣਾ ਪਿਆ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ।
ਭੱਡਾ ਵੀ ਨਸੀ ਗਿਆ ਜਨਾਬ ਵਾਲਾ, ਉਹ ਕੁੱਥਾ ਜਾਈ ਗਿਆ ਖਲਤੀਆਂ, ਇੱਧਰ ਨਜ਼ਰ ਮਾਰੋ ਹਾਂ, ਬਹੁ ਦੂਰ ਲਿਖੜੀ ਗਈਆਂ ਤਾਂ ਉਹ ਬਗੜੂ ਸਾਹਿਬ ਨਾਲ ਤੰਬੂ ਤੱਕੋ ਕੁੱਥਾ ਹੈ। ਬਾਰਿਸ਼ ਵੀ ਆਉਣੀ ਅੱਜ, ਉਹ ਅੱਜ ਹੀ ਆ। ਪਕੌੜੇ ਤਾਂ ਗੇਂਦ ਮਾੜੇ ਕਿਆ ਸਾਨਾ ਸਾਰੇ ਬਣੀ, ਹੁਣ ਆਏ ਦੇਖ ਜੀ ਕਿਆ ਸਾਨਾ ਧੋਣ ਆਇਆ ਵਾ, ਜੇ ਚਾਹ ਵੀ ਨਾਲ ਹੀ ਕਸ਼ਮੀਰੀ ਬਣਾਈ ਕੇ ਨਾ, ਫਿਰ ਤੁਸੀਂ ਦੀਦਾਰ ਕਰਾਉਣੇ ਆ ਪਕੌੜਿਆਂ ਨਾ ਵੀ ਤਾਂ ਚਾਹ ਨਾ ਵੀ। ਤੱਕੋ ਹਾਂ ਇਸਲੇ ਕਿਤਨਾ ਹੀ ਪਿਆਰਾ ਔਰ ਖੂਬਸੂਰਤ ਮੰਜ਼ਰ ਹੈ ਜਨਾਬ, ਬਾਰਿਸ਼ ਹਰ 10 ਮਿੰਟਾਂ ਬਾਅਦ ਛਮ ਛਮ ਕਰਨੀ ਹੈ ਪੀ। ਨਜ਼ਰ ਮਾਰੋ ਹਾਂ ਜਨਾਬ ਹੁਣ ਸਾਰੇ ਪਕੌੜਿਆਂ ਕੀ ਕਿਤਨੇ ਖੂਬਸੂਰਤ ਅੰਦਾਜ਼ ਇਸ ਪੱਕੇ ਸਾਰੇ ਪਕੌੜੇ, ਇਹ ਮੰਜ਼ਰ ਆਵੇ ਖੂਬਸੂਰਤ ਔਰ ਇਹ ਪਕੌੜੇ ਤਾਂ ਨਾਲ ਹੀ ਇਹਨਾਂ ਨੇ ਜਨਾਬ ਵਾਲਾ ਤੱਕ ਸੋਣ ਤੁਸਾਂ ਕਸ਼ਮੀਰੀ ਚਾਏ। ਪਕੌੜਿਆਂ ਤੋਂ ਬਾਅਦ ਹੁਣ ਨੰਬਰ ਹੈ ਜਨਾਬ ਵਾਲਾ ਸਾਡੀ ਕਸ਼ਮੀਰੀ ਚਾਹ ਨਾਲ, ਇਹਦਾ ਚੁੱਲ੍ਹਾ, ਇਹ ਸਾਡਾ ਕੈਂਪ। ਹਾਲਤ ਅੱਜ ਕੈਂਪਾਂ ਦੀ ਬੜੀ ਖਰਾਬ ਹੈ, ਬਿਲਕੁਲ ਨਾ ਐ ਤਕੜੇ ਹੋ ਸੋ ਪਿਓਰ ਜਨਾਬ ਵਾਲਾ ਦੇਸੀ ਕਸ਼ਮੀਰੀ ਚਾਹ। ਪਾਉਏ ਨੀ ਯਾਦ ਹੀ ਕੋਣੀ ਰਹੀ ਚਾਹ ਪੀਣੇ ਵਾਸਤੇ, ਕੱਪਾਂ ਨੂੰ ਯਾਦ ਹੀ ਕੋਣ ਰਹੀ ਲਿਆਦਾ ਚਾਹ ਪੀਣੇ ਵਾਸਤੇ, ਗਲਾਸ ਚੱਲ ਸੀ ਤੇ ਪੌਣਾ ਜਿਹੜਾ ਵੈ ਇਹ ਮਸੇ ਮੰਗਾਇਆ ਇੱਕ ਜਗ੍ਹਾ ਬੜੇ ਦੂਰੋਂ, ਇਹ ਪੌਣਾ ਜਿਹੜਾ ਤੱਕਣੇ ਹੋ ਗਏ। ਤੱਕੋ ਹਾਂ ਪੱਤੀ ਗਈ ਹੈ ਪਈ ਤੇ ਚਾਹ ਵੀ ਇਸ ਲਈ ਕੜਨ ਹੋਣ ਲੱਗੀ ਵੀ ਹੈ ਔਰ ਨਾਲ ਹੀ ਚਾਹ ਨੇ ਇਹ ਖੂਬਸੂਰਤ ਮੰਜ਼ਰ ਵੀ ਇੰਜੋਏ ਕਰੋ। ਇਹ ਚਾਹ ਲਈ ਦੇਖੀ ਵੀ ਹੈ ਨਾ ਜਿਹੜੀ ਹੈ ਬਗੜੂ ਸਾਹਿਬ ਕੋਲ ਮੰਗੀ ਕਿਆ ਮੈਂ ਆਉਂਦੀ ਹੈ, ਆਪਣੇ ਲਈ ਕਾਲੀ ਸੱਟੀਆਂ ਆ ਮੈਂ ਕੁਦਰੇ। ਹੁਣ ਨੇੜੇ ਲੱਗੀ ਆਈ ਹੈ, ਪੱਕਣ ਲੱਗੀ ਵੀ ਹੈ ਔਰ ਸਟਿਲ ਤੱਕ ਉਸੋ ਕਾਲੇ ਕਾਲੇ ਛਾਂ ਚਾੜ ਔਰ ਨਿੱਕੀ ਨਿੱਕੀ ਬਾਰਿਸ਼ ਜਿਹੜੀ ਹੈ ਨਾ ਲੱਗੀ ਵੀ ਹੈ। ਅੱਜ ਨਾ ਵਲੋਗ ਬੜੀ ਮੁਸ਼ਕਲ ਦੇ ਨਾਲ ਬਣਾਇਆ ਵਾ ਮੈਂ ਜਨਾਬ, ਇਹ ਕੋਈ ਸੌਖਾ ਨਹੀਂ ਬਣਾਇਆ, ਬਹੁਤ ਹੀ ਹਾਰਡਲੀ ਕ੍ਰੀਏਟ ਕੀਤਾ ਕਿਉਂਕਿ ਪਹਿਲੇ ਬਹੁਤ ਜ਼ਿਆਦਾ ਝੱਖੜ ਸੀ, ਬਾਰਿਸ਼ ਇੱਧਰੋਂ ਉੱਧਰ ਅਤੇ ਇੱਧਰੋਂ ਇੱਧਰ ਚਾਈ ਕੇ ਮਾਰਨੀ ਸੀ, ਬਹੁਤ ਹੀ ਜ਼ਿਆਦਾ ਮਾੜੇ ਵਾਸਤੇ ਅੱਜ ਨਾ ਵਲੋਗ ਬਣਾਉਣਾ ਸੀ ਅਤੇ ਬਹੁਤ ਹੀ ਕਿਉਂਕਿ ਤੂਫਾਨੀ ਬਾਰਿਸ਼ ਹੋਈ ਆ ਔਰ ਸਟਿਲ ਬਾਰਿਸ਼ ਜਿਹੜੀ ਹੈ ਨਾ ਉਹ ਅੱਜ ਸੀ, ਮੈਂ ਵੀ ਡੀਕਣਾ ਵਾ ਚਾਹ ਪੱਕਾ ਅਤੇ ਪੀਆਂ ਤਾਂ ਜਾਂ ਜਨਾਬ। ਅੱਜ ਜਿਸ ਤਰ੍ਹਾਂ ਕਿ ਮੈਂ ਦੱਸਿਆ ਨਾ ਪਊਆ ਨਾ ਕੱਪ ਨਾ ਸਿੱਚ ਤੇ ਆਉਂਦੀ ਹੈ ਕਸ਼ਮੀਰੀ ਪੱਤੀ ਤੇ ਚੀਨੀ ਤੇ ਦਸਤੀ ਦਸਤੀ ਚਾਹੀ ਕਿਆ ਸਮਾਨ ਢਲਿਆ ਸਾ ਮੈਂ, ਬਾਰਿਸ਼ਾਂ ਨੇ ਇਹ ਮੰਜ਼ਰ ਜਿਹੜਾ ਸੀ ਖੂਬਸੂਰਤ ਦੱਸਾਂ ਲੇਕਿਨ ਉਹੀ ਖਰਾਬ ਗਿਆ ਮੈਂ ਅੱਜ, ਲੇਕਿਨ ਚਲੋ ਐਟਲੀਸਟ ਅੱਲਾਹ ਤਾਲਾ ਮਦਦ ਕੀਤੀ ਹੈ ਕਿ ਸਾਰਾ ਵਲੋਗ ਜਿਹੜਾ ਨੇ ਕੰਪਲੀਟ ਕਰੀ ਦਾ, ਇਹਦਾ ਜਨਾਬ ਹੁਣ ਕਸ਼ਮੀਰੀ ਚਾਹ ਵੈ ਤੇ ਹੁਣ ਪੀਸਾ ਆਰਾਮ ਨਾਲ ਤੇ ਨਿਕਲ ਸਾ ਘਰ ਇਹਦਾ, ਕਿਉਂਕਿ ਬਹੁਤ ਜ਼ਿਆਦਾ ਠੰਡਕ ਲੱਗੀ ਗਈ ਹੈ ਅੱਜ, ਬਾਰਿਸ਼ ਬੜੀ ਜ਼ਿਆਦਾ ਖਾਈ ਕਹਿੰਦੀ ਹੈ।
ਆਏ ਨਾ ਵਲੋਗ ਤੁਸੀਂ ਕੀ ਆ ਜਾ ਲੱਗਾ ਜਨਾਬ? ਆਏ ਮਾੜਾ ਵੈਸੇ ਪ੍ਰੋਗਰਾਮ ਨਹੀਂ ਸੀ ਵਲੋਗ ਬਣਾਉਣੇ ਨਾਲ, ਲੇਕਿਨ ਮੌਸਮ ਤਾਂ ਕੀ ਕਹਿਣ ਲਈ ਆਏ, ਮੌਸਮ ਹੋਇਆ ਅਤੇ ਫਿਰ ਮੈਂ ਲਾਜ਼ਮੀ ਵਲੋਗ ਬਣਾਉਣਾ ਆਉਣਾ ਵਾ ਜਨਾਬ। ਆਪਣੀਆਂ ਦੁਆਵਾਂ ਰੱਖਿਆ ਯਾਦ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜਨਾਬ।